ਸਸੀ ਗੱਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ AK Jobs Adda ਦੇ ਵਿੱਚ ਤਾਂ ਦੋਸਤੋ ਪੀ ਟ੍ਰਿਪਲ ਚੌਕੀਦਾਰ ਅਤੇ ਚੌਕੀਦਾਰ ਦੀ ਪੋਸਟ ਵਾਸਤੇ ਜੋ ਕਿ ਫੀਸ ਭਰਨ ਦੇ ਵਿੱਚ ਕਾਫੀ ਦੇਰ ਤੋਂ ਦਿੱਕਤ ਆ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਦਾ ਵੀਡੀਓ ਬਣਾਉਣ ਜਾ ਰਿਹਾ ਦੋਸਤੋ ਵੀਡੀਓ ਨੂੰ ਕੋਸ਼ਿਸ਼ ਕਰਾਂਗੇ ਛੋਟੇ ਤੋਂ ਛੋਟਾ ਬਣਾਉਣ ਦੀ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਜੋ ਦੋਸਤ ਮੇਰੇ YouTube ਚੈਨਲ ਦੇ ਨਵੇਂ ਹਨ ਉਹ ਜਲਦੀ ਨਾਲ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਨਾਲ ਬੈਲ ਦੇ ਆਈਕਨ ਨੂੰ ਪ੍ਰੈਸ ਕਰਕੇ ਉਹਦੇ ਚੋ ਆਲ ਦੀ ਆਪਸ਼ਨ ਨੂੰ ਸਿਲੈਕਟ ਕਰ ਲੈਣਾ ਤਾਂ ਜੋ ਆਉਣ ਵਾਲੇ ਹਰ ਇੱਕ ਨਵੇਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਅੱਜ ਦੀ ਜੋ ਵੀਡੀਓ ਯੂਟਿਊਬ ਦੇ ਉੱਤੇ ਹੀ ਉਹਨਾਂ ਨੇ ਕਮੈਂਟ ਕੀਤਾ ਹੈ ਕਿ ਜੋ ਕਿ ਫੀਸ ਪੇ ਕਰਨ ਦੇ ਲਈ ਜੋ ਲਿੰਕ ਐਕਟਿਵ ਹੋ ਚੁੱਕਿਆ ਹੈ ਉਸ ਦੇ ਬਾਰੇ ਦੋਸਤੋ ਕਲੀਅਰਟੀ ਕਰਨ ਲੱਗਿਆ ਮੈਂ ਲਿੰਕ ਤਾਂ ਐਕਟਿਵ ਹੋ ਚੁੱਕਿਆ ਬਟ ਉੱਥੇ ਬਹੁਤ ਹਲੇ ਦਿੱਕਤ ਆ ਰਹੀ ਹੈ ਦਿੱਕਤ ਕੀ ਆ ਰਹੀ ਹੈ ਉਹ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਦਿਖਾਣਿਆ ਦੋਸਤੋ ਤਾਂ ਦੋਸਤੋ ਆਪਾਂ ਆ ਆ ਚੁੱਕੇ ਹਾਂ ਆਫੀਸ਼ੀਅਲ ਸਾਈਟ ਦੀ ਹੋਮ ਪੇਜ ਦੇ ਉੱਪਰ ਆ ਚੁੱਕੇ ਹਾਂ ਦੋਸਤੋ ਇਹਦੇ 'ਚ ਤੁਹਾਨੂੰ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਆਨਲਾਈਨ ਐਪਲੀਕੇਸ਼ਨ ਦੀ ਇਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਸੀਂ ਇੱਕ ਨਵਾਂ ਪੇਜ ਓਪਨ ਹੋ ਜਾਏਗਾ ਥੋੜਾ ਸਕਰੋਲ ਕਰਨ ਤੇ ਦੋਸਤੋ ਤੁਹਾਨੂੰ ਇੱਥੇ ਨਜ਼ਰ ਆਏਗਾ ਐਡਵਰਟਾਈਜ਼ ਸੋਰੀ ਐਪਲੀਕੇਸ਼ਨ ਆਨਲਾਈਨ ਐਪਲੀਕੇਸ਼ਨ ਦੇ ਹੈਡਿੰਗ ਨਜ਼ਰ ਆਏਗਾ ਇੱਥੇ ਦੋਸਤੋ ਤੀਸਰੇ ਨੰਬਰ ਦਾ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ 28 ਤਰੀਕ ਦੀ ਜੋ ਨੋਟੀਫਿਕੇਸ਼ਨ ਹੈ ਉਹਦੇ ਉੱਪਰ ਆਪਰ ਕਲਿੱਕ ਕਰਨਾ ਹੈ ਜਿਹਦੇ ਵਿੱਚ ਲਿਖਿਆ ਆਇਆ ਹੈ ਜੀ 28/8/2024 क्लिक हियर अप्लाई एंड सबमिशन ऑफ फीस पेमेंट फॉर द पोस्ट ऑफ सेवदार एंड चौकीदार एडवर्टाइजमेंट नंबर दोस्तों नोट कर सकते हो ਤੁਸੀਂ ਐਡਵਰਟाइजमेंट ਨੰਬਰ ਹੈ 10 ऑफ 2024 ਠੀਕ ਹੈ ਜੀ ਇਹ ਚੀਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਇੱਥੇ ਨੋਟਿਸ ਕਰਨ ਵਾਲੀ ਹੈ ਤੇ ਇਹਦੇ ਉੱਪਰ ਕਲਿੱਕ ਕਰਦੇ ਆਂ ਜੀ ਦੋਸਤੋ ਆਪਣੇ ਸਾਹਮਣੇ ਜੋ ਇਦਾਂ ਦਾ ਇੱਕ ਪੇਜ ਓਪਨ ਹੋ ਜਾਂਦਾ ਜਿਸ ਦੇ ਵਿੱਚ ਕਾਫੀ ਸਾਰੀ ਇਨਸਟਰਕਸ਼ਨਸ ਹਨ ਜ ਜਿੱਥੇ ਕਿ ਆਪਾਂ ਰਜਿਸਟ੍ਰੇਸ਼ਨ ਕਰਨ ਵਾਸਤੇ ਵੀ ਅਪਲਾਈ ਜੋ ਕਿ ਵਿਜ਼ਿਟ ਕੀਤਾ ਸੀਗਾ ਦੋਸਤੋ ਰਜਿਸਟ੍ਰੇਸ਼ਨ ਵਾਸਤੇ ਤੁਸੀਂ ਇੱਥੇ ਕਲਿੱਕ ਕਰਨਾ ਹੈ ਅੱਜ ਆਪਾਂ ਫੀਸ ਦੇ ਲਈ ਕਰ ਰਹੇ ਹਾਂ ਤਾਂ ਇੱਥੇ ਜੋ ਹੈ ਆਪਾਂ ਨੂੰ ਇੱਥੇ ਕਲਿੱਕ ਕਰਨਾ ਪਏਗਾ ਠੀਕ ਹੈ ਜੀ ਇਸ অপਸ਼ਨ ਤੇ ਕਲਿੱਕ ਕਰਦੇ ਹਾਂ ਦੋਸਤੋ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਪੁੱਛੇਗਾ ਆਰ ਯੂ ਆਲਰੇਡੀ ਰਜਿਸਟਰਡ ਅਗਰ ਤੁਸੀਂ ਰਜਿਸਟਰਡ ਕੀਤਾ ਹੋਇਆ ਤਾਂ ਹੀ ਤੁਸੀਂ ਫੀਸ ਪੇ ਕਰ ਸਕਦੇ ਹੋ ਓਕੇ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਐਦਾਂ ਦਾ ਇੰਟਰਫੇਸ ਓਪਨ ਹੋ ਜਾਏਗਾ ਜਿੱਥੇ ਤੁਸੀਂ ਲੌਗਇਨ ਕਰਨਾ ਹੈ ਲੌਗਇਨ ਕਿਸ ਤਰ੍ਹਾਂ ਕਰਨਾ ਹੈ ਜਦੋਂ ਤੁਸੀਂ ਰਜਿਸਟਰ ਕਰ ਰਹੇ ਸੀ ਉਸ ਟਾਈਮ ਤੁਹਾਨੂੰ ਤੁਹਾਡੇ ਮੋਬਾਈਲ ਤੇ ਇੱਕ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤੁਹਾਨੂੰ ਆਇਆ ਹੋਵੇਗਾ तो दोस्तों पहला एप्लीकेशन नंबर या रजिस्ट्रेशन नंबर जो भी है उपर फिल करना है दूसरे नंबर से तुम अपना डेट ऑफ बर्थ फिल करना है तो सबमिट की ऑप्शन पर क्लिक कर देना है क्लिक करते हैं तो तेजे तो सामने एक मैसेज आएगा वो तुम तो दिखाने किस तरह मैसेज शो होएगा हो हो लो जी दोस्तों सबमिट करने तो बाद कुछ इदा इंटरफेस नज़र आएगा ਇੱਥੇ ਤੁਸੀਂ ਦੇਖ ਸਕਦੇ ਹੋ ਅ ਐਪਲੀਕੇਸ਼ਨ ਨੰਬਰ ਦੋਸਤੋ ਅਸੀਂ ਹਾਈਡ ਕਰਨਾ ਹੁੰਦਾ ਹੈ ਕਿਉਂਕਿ ਪਰਸਨਲ ਡਿਟੇਲ ਅਸੀਂ YouTube ਦੇ ਰੂਲਸ ਅਕੋਰਡਿੰਗ ਅਸੀਂ ਪਰਸਨਲ ਡਿਟੇਲ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਤਾਂ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਲੂ ਕਲਰ ਦਾ ਜੋ ਹੈ ਲਿੰਕ ਐਕਟਿਵ ਕੀਤਾ ਹੋਇਆ ਨਜ਼ਰ ਆ ਰਿਹਾ ਹੈ ਠੀਕ ਹੈ ਜੀ ਇੱਥੇ ਤੁਸੀਂ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਇੱਕ ਪੇਜ ਨਵਾਂ ਓਪਨ ਹੋ ਜਾਂਦਾ ਹੈ ਉਹਦੇ ਵਿੱਚ ਦਿਖਾਣਾ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਲਓ ਜੀ ਦੋਸਤੋ ਲਓ ਜੀ ਦੋਸਤੋ ਲਿੰਕ ਨੂੰ ਪਰ ਓਪਨ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਐਦਾਂ ਦਾ ਇੱਕ ਇੰਟਰਫੇਸ ਓਪਨ ਹੋ ਜਾਏਗਾ ਇਹਦੇ ਵਿੱਚ ਦੋਸਤੋ ਸਾਰੇ ਸਟੈਪ ਜੋ ਹਨ ਅਗਰ ਤੁਸੀਂ ਨੀਚੇ ਵਾਲੀ ਡਿਟੇਲ ਨੂੰ ਫਿਲ ਕਰਦੇ ਜਾਓਗੇ ਸਟੈਪ ਜੋ ਹੈ ਬਾਇ ਡਿਫਾਲਟ ਇਹਦੇ ਜੋ ਹੈ ਨਾ ਕੰਪਲੀਟ ਹੁੰਦੇ ਨਜ਼ਰ ਆਣਗੇ ਤੁਹਾਨੂੰ ਠੀਕ ਹੈ ਜੀ ਥੋੜਾ ਜਿਹਾ ਸਕਰੋਲ ਕਰੋਗੇ ਤਾਂ ਤੁਹਾਨੂੰ ਨੀਚੇ ਜੋ ਆਪਸ਼ਨਸ ਨਜ਼ਰ ਆਣ ਗਿਆ ਉਹਨਾਂ ਵਿੱਚ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਥੇ ਸਟੇਟ ਸਿਲੈਕਟ ਕਰਨੀ ਹੈ ਸਟੇਟ ਜਾਂ ਯੂਟੀ ਮਤਲਬ ਕਿ ਚੰਡੀਗੜ੍ਹ ਅਤੇ ਪੰਜਾਬ ਦੋ ਆਪਸ਼ਨਸ ਹਨ ਅਗਰ ਤੁਸੀਂ ਉੱਪਰੋਂ ਨਹੀਂ ਵੀ ਸਿਲੈਕਟ ਕਰਦੇ ਉਹ ਤਾਂ ਨੀਚੇ ਤੁਹਾਡੇ ਕੋਲ ਦੁਬਾਰਾ ਆਪ ਟ੍ਰਿਪਲ ਐਸ ਬੀ ਬੋਰਡ ਚੰਡੀਗੜ੍ਹ ਅਤੇ ਟ੍ਰਿਪਲ ਐਸ ਬੀ ਬੋਰਡ ਪੰਜਾਬ ਤਾਂ ਦੋਸਤੋ ਇਹਦੇ ਵਿੱਚ ਤੁਸੀਂ ਪੰਜਾਬ ਨੂੰ ਸਿਲੈਕਟ ਕਰਨਾ ਹੈ ਜਿਵੇਂ ਕਿ ਆ ਇਹਦੇ ਵਿੱਚ ਬਲੂ ਲਿੰਕ ਦਿੱਤਾ ਗਿਆ ਹੈ ਟ੍ਰਿਪਲ ਐਸ ਬੀ ਬੋਰਡ ਦੇ ਉੱਪਰ ਠੀਕ ਹੈ ਇੱਥੇ ਕਲਿੱਕ ਕਰਨਾ ਹੈ ਤੁਸੀਂ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਐਦਾਂ ਦਾ ਪੇਜ ਓਪਨ ਹੋ ਜਾਏਗਾ ਇਹਦੇ ਵਿੱਚ ਦੋਸਤੋ ਸਭ ਤੋਂ ਲਾਸਟ ਤੇ ਇੱਥੇ ਦਿੱਕਤ ਆ ਰਹੀ ਹੈ ਦੋਸਤੋ ਇੱਥੇ ਤੁਸੀਂ ਕੀ ਹੈ ਇਹਨੂੰ ਤੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਆਪਸ਼ਨਸ ਓਪਨ ਹੋ ਜਾਂਦੀਆਂ ਨੇ ਇਹਦੇ ਵਿੱਚ ਦੋਸਤੋ ਐਡਵਰਟਾਈਜ਼ਮੈਂਟ ਨੰਬਰ 10 ਆਫ 2024 ਆਉਣਾ ਚਾਹੀਦਾ ਸੀ ਜੋ ਕਿ ਹਲੇ ਤੱਕ ਡਿਸਪਲੇ ਨਹੀਂ ਹੋ ਰਿਹਾ ਜਿਵੇਂ ਕਿ ਤੁਹਾਨੂੰ ਕਲਿੱਕ ਕਰਕੇ ਦਿਖਾ ਰਿਹਾ ਦੋਸਤੋ ਆ ਦੇਖੋ ਤੁਸੀਂ ਇਹਦੇ ਚ ਹਲੇ ਜੋ ਹੈ ਐਡਵਰਟਾਈਜ਼ਮੈਂਟ ਨੰਬਰ 10 ਡਿਸਪਲੇ ਨਹੀਂ ਹੋ ਰਿਹਾ ਸਿਰਫ ਦੋ ਐਡਵਰਟਾਈਜ਼ਮੈਂਟ ਨੰਬਰ ਸ਼ੋ ਹੋ ਰਹੇ ਹਨ ਜਿ ਜਿਨ੍ਹਾਂ ਚੋਂ ਫਸਟ ਹੈ ਜੀ ਐਡਵਰਟਾਈਜ਼ਮੈਂਟ ਨੰਬਰ 15 ਆਫ 2024 ਦੂਸਰਾ ਹੈ ਜੀ ਐਡਵਰਟਾਈਜ਼ਮੈਂਟ ਨੰਬਰ 7 ਆਫ 2024 ਵੇਰੀਅਸ ਗਰੁੱਪ ਬੀ ਪੋਸਟ ਤਾਂ ਦੋਸਤੋ ਜਿਨ੍ਹਾਂ ਨੇ ਇਹ ਵਾਲੀ ਪੋਸਟਾਂ ਅਪਲਾਈ ਕੀਤੀਆਂ ਹਨ ਉਹਨਾਂ ਦੇ ਲਈ ਇਹ ਜੋ ਹੈ ਲਿੰਕ ਓਪਨ ਹੋ ਚੁੱਕਿਆ ਉਹ ਫੀਸ ਭਰ ਸਕਦੇ ਹਨ ਬਟ ਸੇਵਾਦਾਰ ਅਤੇ ਚੌਕੀਦਾਰ ਦੇ ਲਈ ਹਾਲੇ ਫੀਸ ਪੇ ਨਹੀਂ ਹੋ ਸਕਦੀ ਕਿਉਂਕਿ ਇੱਥੇ ਉਹਨਾਂ ਦਾ ਐਡਵਰਟਾਈਜ਼ਮੈਂਟ ਨੰਬਰ ਜੋ ਹੈ ਸ਼ੋ ਨਹੀਂ ਹੋ ਰਿਹਾ ਹੈ ਤਾਂ ਫਿਲਹਾਲ ਦੇ ਲਈ ਦੋਸਤੋ ਮਾਫੀ ਚਾਹਾਂਗੇ ਕਿਉਂਕਿ ਹੱਲੇ ਜੋ ਹੈ ਪੂਰੀ ਤਰ੍ਹਾਂ ਪ੍ਰੋਬਲਮ ਨੂੰ ਸੋਲਵ ਨਹੀਂ ਕੀਤਾ ਗਿਆ ਹੈ ਜਲਦੀ ਹੀ ਇਸ ਨੂੰ ਵੀ ਸੋਲਵ ਕਰ ਦਿੱਤਾ ਜਾਏਗਾ ਕਿਉਂਕਿ ਮੈਂ ਕਾਫੀ ਬੱਚਾ ਨੂੰ ਵੀ ਕਿਹਾ ਹੈ ਤੁਸੀਂ ਮੇਲ ਮੇਲ ਸੈਂਡ ਕਰੋ ਮੈਂ ਵੀ ਮੇਲ ਕੀਤੀ ਹੈ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਏਗਾ ਅਤੇ ਸਾਡੇ ਚੈਨਲ ਤੇ ਜਦੋਂ ਹੀ ਸੋਲੂਸ਼ਨ ਹੋ ਜਾਂਦਾ ਹੈ ਸਾਡੇ ਚੈਨਲ ਤੇ ਤੁਹਾਨੂੰ ਉਸ ਦਾ ਪ੍ਰੋਪਰ ਵੀਡੀਓ ਬਣਾ ਕੇ ਮਿਲ ਜਾਏਗਾ ਤੁਸੀਂ ਫੀਸ ਕਿਵੇਂ ਪੇ ਕਰਨੀ ਹੈ ਤਾਂ ਥੋੜੀ ਹੋਰ ਵੇਟ ਕਰੋ ਤੇ ਲਿੰਕ ਐਕਟਿਵ ਹੁੰਦੇ ਹੀ ਜਾਂ ਫਿਰ ਜੋ ਹੈ ਪ੍ਰੋਬਲਮ ਸੋਲਵ ਹੁੰਦੇ ਹੈ ਤੁਹਾਨੂੰ ਵੀਡੀਓ ਮਿਲ ਜਾਏਗਾ ਤਾਂ ਅੱਜ ਦੇ ਵੀਡੀਓ ਚ ਦੋਸਤੋ ਇੰਨਾ ਹੀ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਿਹਾ ਹੋਏਗਾ ਤੁਹਾਡੀ ਕਨਫਿਊਜ਼ਨ ਨੂੰ ਕਲੀਅਰ ਕਰਨ ਵਿੱਚ ਮਦਦ ਮਿਲੀ ਹੋਏਗੀ ਤਾਂ ਜੋ ਤੁਸੀਂ ਜਲਦਬਾਜੀ ਚ ਕਿਤੇ ਗਲਤ ਫੀਸ ਨਾ ਪੇ ਕਰਦੇ ਹੋ ਮੈਂ ਇਸ ਕਰਕੇ ਇਹ ਅੱਜ ਵਾਲ ਅੱਜ ਵਾਲਾ ਵੀਡੀਓ ਜੋ ਹੈ ਅਪਲੋਡ ਕਰ ਰਿਹਾ ਹਾਂ ਤਾਂ ਵੀਡੀਓ ਦੋਸਤੋ ਜਲਦਬਾਜੀ ਚ ਹਲੇ ਤੁਸੀਂ ਜੋ ਕੀ ਫੀਸ ਪੇ ਨਹੀਂ ਕਰਨੀ ਹੈ ਤਾਂ ਵੇਟ ਕਰੋ ਤੇ ਵੀਡੀਓğer ਚੰਗਾ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰ ਦਿਓ ਜਾਂਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੇ ਹਰ ਇੱਕ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਅੱਜ ਦੇ ਵੀਡੀਓ ਵਿੱਚ ਦੋਸਤੋ ਇੰਨਾ ਹੀ ਮਿਲਦੇ ਹਾਂ ਅਗਲੇ ਵੀਡੀਓਜ਼ ਤਦ ਤੱਕ ਦੇ ਲਈ ਬਾਏ ਬਾਏ ਗੁੱਡ ਲੱਕ ਜੈ ਹਿੰਦ ਦੋਸਤੋ